ਤੁਹਾਡੀ ਮਿਰਚੀ ਸਿਮਰਨ ਹੈ। ਸੈਮੀਫਾਈਨਲਸ ਦੀ ਲਾਸਟ ਪਰਫਾਰਮੈਂਸ ਸਿਮਰਨ ਨੇ ਦਿੱਤੀ, ਰੋਸ਼ਨ ਭਾਜੀ ਅੰਜਾਮ ਸੈਮੀਫਾਈਨਲਸ ਦਾ ਬਹੁਤ ਸੁਰੀਲਾ ਹੋਇਆ, ਬਹੁਤ ਵਧੀਆ ਕਰਾਰੀ ਪਰਫਾਰਮੈਂਸ ਸੀ ਮਿਰਚੀ ਦੀ, ਸੋਹਣੀ ਪਰਫਾਰਮੈਂਸ ਸੀ, ਘੈਂਟ ਆਵਾਜ਼, ਘੈਂਟ ਅੰਦਾਜ਼, ਸਭ ਕੁਛ ਵਧੀਆ, ਗੋਡ ਬਲੈਸ ਯੂ। ਥੈਂਕ ਯੂ ਸਰ। ਸਚਿਨ ਭਾਜੀ ਬਹੁਤ ਅੱਛਾ ਗਾਇਆ ਸਿਮਰਨ, ਐਜ਼ ਯੂਜੂਅਲ ਜਿੱਦਾਂ ਤੁਸੀਂ ਪਰਫੋਰਮ ਕਰਦੇ ਹੋ, ਜਿੱਦਾਂ ਸਾਨੂੰ ਤੁਹਾਡੇ ਤੋਂ ਐਕਸਪੈਕਟੇਸ਼ਨਸ ਹੁੰਦੀਆਂ ਉਸ 'ਤੇ ਤੁਸੀਂ ਖਰੇ ਉਤਰੇ, ਬਹੁਤ ਅੱਛਾ ਸੀ, ਗੋਡ ਬਲੈਸ ਯੂ। ਸ਼ੁਕਰੀਆ ਸਰ। ਕੰਠ ਕਲੀਅਰ ਜੀ। ਸਿਮਰਨ ਬਹੁਤ ਅੱਛਾ ਬੇਟਾ, ਬਹੁਤ ਅੱਛਾ ਗਾਇਆ ਯਾਰ, ਕਰਾਰਾ ਕਰਾਰਾ ਗਾਇਆ। ਅੰਤਰਾ ਜਿਹੜਾ ਨਾ ਇੰਨਾ ਪਿਆਰਾ ਔਰ ਇੰਨਾ ਅੱਛਾ ਗਿਆ, ਸਵਾਦ ਹੀ ਆ ਗਿਆ, ਸਾਰਾ ਗਾਣਾ ਬਹੁਤ ਅੱਛਾ ਗਾਇਆ, ਪਰ ਅੰਤਰਾ ਇੱਕ ਵਾਰੀ ਫਿਰ ਕਿਉਂ ਲਾਈਨ ਕਿਆ ਬਾਤ, ਤਾੜੀ ਬੰਦੀ ਸੀ, ਬਹੁਤ ਅੱਛਾ ਬੇਟਾ, ਖੁਸ਼ ਰਹੋ ਬੇਟਾ, ਖੁਸ਼ ਰਹੋ। ਸਾਡੀ ਸੈਲੀਬ੍ਰਿਟੀ ਗੈਸਟ ਕਰਮਜੀਤ ਅਨਮੋਲ ਜੀ, ਬਹੁਤ ਹੀ ਸੋਹਣਾ ਗਾਇਆ ਬੇਟਾ, ਇਹ ਫੇਵਰੇਟ ਸੌਂਗ ਹੈ ਮੇਰਾ ਔਰ ਮੈਨੂੰ ਹੋਰ ਵੀ ਜ਼ਿਆਦਾ ਵਧੀਆ ਲੱਗਿਆ, ਔਰ ਤੁਸੀਂ ਸਾਰਿਆਂ ਨੇ ਇੰਨਾ ਵਧੀਆ ਗਾਇਆ ਅੱਜ, ਮੈਨੂੰ ਤਾਂ ਇਹ ਲੱਗਦਾ ਖਾਸ ਕਰਕੇ ਮੈਨੂੰ ਤਾਂ ਤੁਹਾਡੇ ਵਾਲੀ ਜਗ੍ਹਾ ਹੋਣਾ ਚਾਹੀਦਾ, ਤੁਹਾਨੂੰ ਇੱਥੇ ਬੈਠਣਾ ਚਾਹੀਦਾ। ਸੋ ਇੰਨਾ ਸਾਰੇ ਬੱਚਿਆਂ ਨੇ ਇੰਨਾ ਪਿਆਰਾ ਗਾਇਆ, ਰੀਅਲੀ ਬਹੁਤ ਹੀ ਸਵਾਦ ਆਇਆ ਅੱਜ, ਬਹੁਤ ਮਨ ਖੁਸ਼ ਹੋਇਆ ਇੰਨੀਆਂ ਸੁਰੀਲੀਆਂ ਆਵਾਜ਼ਾਂ ਸੁਣ ਕੇ, ਔਰ ਸਵਾਦ ਆ ਗਿਆ ਬੇਟਾ, ਬਹੁਤ ਸੋਹਣਾ ਗਾਇਆ, ਗੋਡ ਬਲੈਸ ਯੂ ਬੇਟਾ। ਥੈਂਕ ਯੂ ਸਰ। ਥੈਂਕ ਯੂ ਜੱਜਿਸ। ਕਿੱਟੂ ਭਾਜੀ ਲਾਸਟ ਕਮੈਂਟ ਸੈਮੀਫਾਈਨਲ ਦਾ ਕਿੱਟੂ ਭਾਜੀ ਦੀ ਤਰਫੋਂ। ਜਿੰਨਾ ਕੁ ਦੱਸਿਆ ਓਨਾ ਹੀ ਗਾਇਆ ਅੱਜ, ਬਹੁਤ ਵਧੀਆ ਨਿਭਾਇਆ ਅੱਜ। ਥੈਂਕ ਯੂ ਸਰ। ਇਦਾਂ ਕਹਿਣਾ ਮਨ ਲਈਦਾ ਹੁੰਦਾ, ਜਿਉਂਦੀ ਰਹਿ। ਥੈਂਕ ਯੂ ਸਰ। ਭਾਜੀ ਲਾਸਟ ਵਾਲਾ ਸਾਰਾ ਕੁਝ ਠੀਕ ਹੈ, ਪਰਵਾਹ ਨਹੀਂ ਕਰਨੀ। ਆ ਜਾ ਫਿਰ ਮਿਰਚੀ ਸਿਮਰਨ। ਕਮਾਲ ਕਮਾਲ, ਕਿਆ ਬਾਤ ਆ ਨੀ ਜਵਾ ਜੀ।